बिस्मिल्लाह रहमान रहीम, मेरे वालों मेरे देखने वाले सारे भैन भरावां नूं अस्सलाम वालेकुम। मेरी दुआ अल्लाह ताला तुहानूं खुश रखे, आबाद रखे, तुहाडे सारे दुख तकलीफां नूं दूर करे, सदा हसते रहो, मुस्कुराते रहो। इस तो बाद नाल अज दी वीडियो शुरू करदे आं। वीडियो शुरू करने तो पहले साडी इक रिक्वेस्ट, अगर तुसीं साडे चैनल नूं सबसक्राइब नहीं कीता तां इहनूं सबसक्राइब कर लो, बैल दे बटन वी जरूर दबायो ताकि साडी हर आने वाली वीडियो दा नोटिफिकेशन तुहानूं वर वक्त मिलदा रहे। तो अज दी वीडियो शुरू करदे आं। अच्छा जी, शाम हो गई आ ते हुण मैं बनाना वा शाम का खाना। तो हीरा बेटी भी उठ गई आ, काफ़ी ज़्यादा उन्हें सौ लिया वा, पप्पो ने मालिश करके उसकी नाई करवाई सी, तो पंखा चल रहा सी, तो काफ़ी ना ज़्यादा ना सौ। मैं बस को ज़्यादा खुश क्यों रही पता, नहीं गल्ला भी करवाई ना, मैं बस मेरे तरह पासा दे लेंदी। दूसरा हुण उठ गई आ, मैं बस खिला रही हाँ। तो मैं शाम के खाने च बनाऊंगी कलेजियाँ। सही हो गया, कलेजियाँ। तो मैं पप्पू जी ने कहा सी, पप्पू जी जड़ियाँ कलेजियाँ है ना वो मेरे वास्ते रख दो। पैनाडॉल डबल फोनस्टान रोजाना मैं गोलियां खा के फिर मैं अपना बच्चों का कोई काम शाम कर दी, मेरे को नहीं तो कोई काम नहीं होता। ठीक। ते दूसरा फिर मैं चाय पीनी है, फिर गोलियां खा के फिर मैं कोई ना कोई काम करनी, नहीं तो मेरे को कोई काम भी नहीं होना। ते चलो नाले कलेजियां बनाने हैं, ते जो भी अगला सीन होया नाले अपने भैनां भरावां नाल भी शेयर करते हैं। चलो ठीक हो गया। ते जी ए गोश्त है, थोड़ा जिहा थोड़ी जिहा ना गोल गुड़ियां ये भी पा लूंगी। जी कलेजियां बाहर निकाल के मैं रखी हुई सी, मैं क्या सी ज्यादा लगा हो जाए ताकि बर्फ बनी हुई सी। गोश्त बड़ा प्यार बनाया सी। हाँ जी, गोश्त ही तो तुसी गाजी ने ना करो, बहुत ही जबरदस्त उन्होंने गोश्त बनाया सी। मैं कहनी जिन्हियां पकानियां ना मैं ना एक होर बॉल च पा लूंगा। ਜਿੰਨੀ ਪਾਉਣੀ ਉਨੀ ਕਰ ਲਓ ਨਾ। ਹਾਂਜੀ, ਦੋ ਦਫਾ ਤਾਜ਼ਾ ਬਣਾ ਲਵਾਂਗੇ। ਠੀਕ ਨੇ, ਸੋਹਣੀਆਂ ਵੀ ਤਾਜ਼ੀਆਂ ਲੱਗਦੀਆਂ। ਹਾਂਜੀ, ਮਜ਼ਾ ਆਉਂਦਾ ਖਾਣੇ ਦਾ ਤਾਜ਼ਾ ਤਾਜ਼ਾ ਸਾਲਾ। ਜਿਹੜਾ ਇੱਕ ਦਿਨ ਬਣਾ ਕੇ ਰੱਖ ਦੋ ਦਿਨ ਬਿਲਾਲਰ ਗੋਸ਼ਤ ਲਿਆਓ ਨਾ, ਉਹ ਤਾਂ ਤਾਜ਼ਾ ਹੀ ਸੋਹਣਾ ਲੱਗਦਾ ਹੈ, ਅਤੇ ਜੇ ਸਵੇਰ ਖਾਣਾ ਪਵੇ ਨਾ ਕੋਈ ਨਹੀਂ ਮਜ਼ਾ ਰਹਿੰਦਾ। ਹਾਂਜੀ, ਦੇਖੋ ਸਾਰਾ ਇਹਦੇ 'ਚ ਖੂਨ ਹੀ ਹੁੰਦਾ ਉਸ, ਸਾਡੇ 'ਚ ਵੀ ਖੂਨ ਬਣੇਗਾ। ਅੱਛਾ ਜੀ, ਹਾਂਜੀ ਖਾਓ ਖਾਓ। ਜਿਹੜੀ ਸਰੋਂ ਆਪਣੀ ਵੱਡੀ ਆ ਨਾ ਉਹ ਗਾ ਲਾਂਗੇ ਫੇਰ ਜਾਵਾਂਗੇ। ਨਹੀਂ ਥੋੜੀ ਜਿਹੀ ਪਾ ਲਓ ਕੋਟੀਆਂ, ਜਾਣਾ ਤੁਸੀਂ? ਮੈਂ ਆਪਣੀ ਬੇਟੀ ਨੂੰ ਲੈ ਜਾਵਾਂ, ਠੀਕ ਹੈ ਨਾ? ਛੁੱਟੀਆਂ ਕਰਨੀ, ਜਦੋਂ ਹਫਤਾ ਆ ਜਾਊਗਾ ਉਦੋਂ ਸਕੂਲ ਜਾਣਾ। ਚਲੋ ਠੀਕ ਆ, ਆਪੀ ਨੂੰ ਵੀ ਲੈ ਜਾਵਾਂਗੇ, ਕੰਮ ਤਮ ਕਰ ਗਈ ਜਿਹੜੇ ਆਪਣੇ ਹੈਗੇ ਹਫਤਾ ਲੰਘ ਜਾਊਗਾ ਸਕੂਲ ਜਾਣਾ,
ਹਫਤੇ ਤੋਂ ਪਹਿਲਾਂ ਨਹੀਂ ਜਾਣਾ। ਚਲੋ ਠੀਕ ਹੈ। ਅਮੀਰ ਹੈ ਜਵੇਰ ਨੂੰ ਸੀਟ ਨਾ ਦਿਓ, ਚੋਟ ਲੱਗ ਜਾਊਗੀ ਫਿਰ। ਮੈਨੂੰ ਲੱਗਦਾ ਮੇਰੀ ਧੀ ਤਾਂ ਬਣਨਾ ਹੀ ਨਹੀਂ ਇਸ ਤਰ੍ਹਾਂ ਨਾ। ਸਾਰੇ ਕਹਿੰਦੇ ਇਸ ਤਰ੍ਹਾਂ ਕੱਕ ਲਓ ਗੋਲੂ ਨੂੰ ਨਾ, ਦੂਸਰੇ ਤਰ੍ਹਾਂ ਚੱਕੇ ਕਰੋ ਬੇਟਾ ਇਸ ਤਰ੍ਹਾਂ ਨਾ, ਤਾਂ ਫਿਰ ਮੱਥਾ ਵਧਣ ਲੱਗ ਪੈਣਾ ਅੱਗੇ ਸਿਰ। ਉਹ ਤਾਂ ਕਹਿੰਦੀ ਹੁਣ ਇਸ ਤਰ੍ਹਾਂ ਚੱਕੀ ਰੱਖੋ, ਜਦੋਂ ਆਪੀ ਹਮਣਾ ਚੱਕੀ ਉਸ ਟਾਈਮ ਤੁਹਾਨੂੰ ਯਾਦ ਆ ਜਾਂਦੀ ਚੱਕਣੇ ਦੀ, ਅੱਗੇ ਪਿੱਛੇ ਨਹੀਂ ਆਉਂਦੀ। ਓਏ 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 ਚੂੰਡੀ ਨਹੀਂ ਵੜਨੀ ਪੁੱਤ, ਚੂੰਡੀ ਨਹੀਂ ਵੜਨੀ, ਠੀਕ ਹੈ ਨਾ ਮੇਰਾ ਗੁੱਸੇ ਵਾਲਾ ਪੁੱਤ। ਆਪੀ ਚੱਕ ਲੈਂਦੇ ਨਾ, ਲਾਡੀ ਕਰ ਲੈਂਦੇ, ਫਿਰ ਤੁਸੀਂ ਵੀ ਕਰ ਲਿਓ। ਜਦੋਂ ਆਪੀ ਹਮਣਾ ਚੱਕ ਲਵੇ ਉਦੋਂ ਤੁਹਾਨੂੰ ਯਾਦ ਆ ਜਾਂਦਾ ਚੱਕਣੇ ਦਾ, ਅੱਗੇ ਪਿੱਛੇ ਚੇਤਾ ਭੁੱਲਿਆ ਹੁੰਦਾ ਚੱਕਣੇ ਦਾ, ਹੈ ਨਾ। ਦੇਖ ਨਾ ਆਪੀ ਨੇ ਜੈਲਸੀ ਫੀਲ ਨਹੀਂ, ਜੈਲਸੀ ਫੀਲ ਹੁੰਦੀ ਆ ਲੱਗਦਾ ਹੁਣ ਇਸ ਤਰ੍ਹਾਂ ਹੀ। ਇੱਦਾਂ ਹੀ ਆ ਨਾ, ਹਾਂਜੀ ਇੱਦਾਂ ਨਹੀਂ ਕਰੀ ਜਾਂਦੀ ਆਪ ਹੀ ਆ। ਪਤਾ ਆਪ ਤੁਹਾਨੂੰ ਕਿੰਨਾ ਪਿਆਰ ਕਰਦੀ, ਬਹੁਤ ਜ਼ਿਆਦਾ ਕਰਦੀ। ਮੈਂ ਕਹਿੰਦੀ ਤੁਸੀਂ ਨਾ ਮੇਰੇ ਨਾਲ ਜਿਹੜੀਆਂ ਇਹ ਬੂਟੀਆਂ ਨਾ ਛੋਟੀਆਂ ਕਰਵਾ ਦਿਓ, ਹਾਂ ਦੋ ਦੋ ਪੀਸ ਕਰਵਾ ਦਿਓ, ਪਤਾ ਕੀ ਆ ਫਿਰ ਨਮਕ ਮਿਰਚ ਜਿਹੜੀ ਹੈ ਨਾ ਸਹੀ ਵਿੱਚ ਮਿਕਸ ਹੋ ਜਾਂਦੀ। ਚਲੋ ਅੱਛੀ ਤਰ੍ਹਾਂ ਧੋ ਲਓ ਨਾ ਫਿਰ ਮੈਂ ਕਰਾ ਦਿੰਦਾ। ਚਲੋ ਧੋ ਲਓ ਅੱਛੀ ਤਰ੍ਹਾਂ, ਫਿਰ ਮੈਂ ਕਰਵਾ ਦਿੰਦਾ ਛੋਟੀਆਂ। ਹਾਂਜੀ ਤੁਸੀਂ ਨਾ ਸ਼ੋਕੇ 'ਚ ਮੈਂ ਛੁਰੀ ਰੱਖੀ ਹੈ ਜਿਹੜੀ ਤੇਜ਼ ਆ, ਉਹ ਲੈ ਕੇ ਉਹਦੇ ਨਾਲ ਕਰਦੇ। ਚਲੋ ਸਹੀ ਹੈ, ਮੈਂ ਲੈ ਕੇ ਆਉਂਦਾ। ਅੱਛਾ ਜੀ ਫਾਂਡੀ ਧੋ ਲਈ ਆਈਆਂ ਅਤੇ ਕਲੇਜੀਆਂ ਵੀ ਅੱਛੀ ਤਰ੍ਹਾਂ ਮੈਂ ਧੋ ਲਈ ਆਈਆਂ ਅਤੇ ਇਹਨਾਂ ਦੇ ਹੁਣ ਨਾ ਛੋਟੇ ਛੋਟੇ ਪੀਸ ਕਰ ਲੈਂਦੇ ਹਾਂ ਤਾਂ ਕਿ ਕਾਬੂ ਰੱਖਣਾ ਯਾਰ ਤੇ ਨਾ ਹੋਏ ਉਂਗਲੀ ਤਾਂ ਲੱਗ ਜਾਵੇ ਛੁਰੀ। ਤੁਸੀਂ ਮੇਰੀ ਉਂਗਲੀ ਨਾ ਕੱਟਿਓ ਨਾ, ਮੈਨੂੰ ਅੱਗੇ ਹੀਰਾ ਜੀ ਨਜ਼ਰ ਆਉਂਦੀ। ਸਾਰੇ ਕੰਮ ਤੁਹਾਨੂੰ ਕਰਨੇ ਪੈਣੇ ਨੇ, ਉਹ ਵੀ ਤਾਂ ਗੱਲ ਕਰਾਂ ਨਾ ਹੁੰਦੀ ਦਾ। ਅੱਛਾ ਜੀ ਇੰਨੇ ਇੰਨੇ ਛੋਟੇ ਛੋਟੇ ਪੀਸ ਬਣਾਵਾਂਗੇ ਤਾਂ ਕਿ ਨਮਕ ਮੱਖੀ ਜਿਹੜੀ ਹੈ ਨਾ, ਗਰਮੀਆਂ ਤਾਂ ਨਹੀਂ ਮੱਖੀਆਂ ਬਹੁਤ ਜ਼ਰੂਰ ਕਰਦੀਆਂ। ਹਾਂਜੀ ਬਸ ਨੀਏ ਨਹੀਂ ਕਰਾਂਗੇ, ਛੋਟੀਆਂ ਛੋਟੀਆਂ ਜੀ ਛੋਟੇ ਛੋਟੇ ਪੀਸ ਕਰਨੇ ਆ। ਮੈਂ ਬਾਹਰ ਹੀ ਜਾਵਾਂ ਖਾਂਦੀ ਜਾਂਦੀ ਤੇ ਬੇਟੀ ਹੀਰਾ ਨੂੰ ਖੁਲਾ ਰਹੀ ਆ। ਉਹ ਲੈ ਕੇ ਮੁੰਡੇ ਨਾਲ ਨਹੀਂ ਹੁੰਦੀ, ਕਹਿੰਦੀ ਤੇਰੀ ਭੈਣ ਦਾ ਸਿਰ ਬਣਨਾ ਨਹੀਂਗਾ। ਚਲੋ ਜਲਦੀ ਕਰੋ ਤੁਸੀਂ। ਕਲੇਜੀ ਦੇ ਛੋਟੇ ਛੋਟੇ ਮੈਂ ਪੀਸ ਕਰ ਲਏ ਆ, ਇੱਕ ਦਫ਼ਾ ਦੁਬਾਰਾ ਇਹਨਾਂ ਨੂੰ ਮੈਂ ਵਾਸ਼ ਕਰ ਲੈਂਦੀ ਹਾਂ ਅਤੇ ਉਸ ਤੋਂ ਬਾਅਦ ਇਹਨਾਂ ਨੂੰ ਮੈਂ ਪੱਕਣੇ ਰੱਖਦੀ ਹਾਂ। ਅੱਗ ਬਾਲਾ? ਹਾਂਜੀ ਲਸਣ ਪਿਆਜ਼ ਬਣਾਉਣ ਲੱਗੀ ਹਾਂ, ਲੇਕਿਨ ਨਾ ਤਾਂ ਟਮਾਟਰ ਆ ਨਾ ਅਦਰਕ ਆ, ਖਤਮ ਹੋ ਗਿਆ ਬਿਲਕੁਲ ਹੀ ਨਹੀਂ ਕਰ। ਮੈਂ ਉਸ ਕੋਲ ਹੁਣ ਲੈ ਲੈਣਾ, ਫਿਰ ਉਹਨੂੰ ਮੰਗਵਾ ਕੇ ਦੇਵਾਂਗਾ। ਹਾਂ ਮੈਂ ਉਸ ਕੋਲ ਲੈ ਲੈਣਾ ਫਿਰ ਲਿਆ ਦਾਂਗਾ। ਖਤਮ ਆ ਬਸ 3000 ਜੇ ਹੈਗਾ ਨਾ, ਪਾਊਡਰ ਮੰਗਾ ਕੇ ਰੱਖਿਆ ਕਰੋ। ਹਾਂ ਲਸਣ ਦਾ ਪਾਊਡਰ ਮਿਲਦਾ, ਅਦਰਕ ਦਾ ਪਾਊਡਰ ਮਿਲਦਾ, ਮੈਂ ਤਾਂ ਉਹ ਲਿਆ ਕੇ ਰੱਖਣਾ ਹੁਣ। ਹਾਂ ਨੂੰ ਘਰ ਦੇਖ ਗਵਾਂ ਸੀ, ਉਹ ਲਿਆ ਦਿੱਤੇ ਸੀ ਸਹੀ। ਅਦਰਕ ਹਾਂ ਲੋਕ ਨੂੰ ਉਹੀ ਪਾਉਂਦੇ, ਅਦਰਕ ਦਾ ਪਾਊਡਰ ਹੁੰਦਾ ਡੱਬੇ 'ਚ, ਲਸਣ ਦਾ ਪਾਊਡਰ ਹੁੰਦਾ ਆ। ਛੋਟੀ ਨੇ ਵੀ ਮਾਰਿਆ ਕਰਨਾ, ਹੋਰ ਨਾ ਦੇਣ ਦੇਵੇ ਗਾਤੀ ਲੇਕਿਨ ਇੱਧਰ ਗੱਲ ਫੜ ਲਿਆ ਕਰਨੀ, ਲੇਕਿਨ ਇੱਧਰ ਕੰਨ ਫੜ ਲਿਆ ਕਰਨਾ ਵਾ, ਹਮਨਾ ਨਹੀਂ ਇੱਥੇ ਕੰਨ ਵਿਰੋੜ ਕੇ ਕੈਮਰਾ ਲੈ ਜੀ, ਨੋਹੇ ਲੜਦੇ ਬਹੁਤ ਬੀਜ ਲਾਇਆ ਜੇ ਚੱਲ ਲੈ ਜਾ, ਠੀਕ ਹੈ ਨਾ ਆਪਣੇ ਅੱਧੇ ਲਈ, ਅੱਧੇ ਉਸ ਮੁੰਡੇ ਨੇ ਮੈਨੂੰ ਦਿੱਤੇ ਸੀ ਨਿਕਾਲ ਕੇ ਫਲੀਆਂ ਚੋਂ, ਜਾ ਲੈ ਲਾ ਫੇ ਸਾਰੇ ਲੈ ਲਾ ਚੱਕ ਲਾ ਬਣਾ ਲੋ ਫਿਰ। ਉਹ ਮਟਕਿਆ ਸਿਰ ਵੀ ਬਣਾਉਣਾ ਸੀ ਇਹਦਾ, ਬਚੋੜੇ ਚ ਪਾ ਕੇ ਸੱਤੀ ਸੀ ਫੇ ਬਠਾਲ ਲੈਂਦੀ ਆਪ ਹੀ, ਦੋ ਚੱਕ ਗਿਆ ਤਾਂ ਦੋ ਵੀ ਲੱਗ ਕਰਕੇ ਫੇਰ ਅਗਲੇ ਦੇ ਹਾਂ ਫਿਰ ਅਗਲੇ ਦੇ ਦੇਣੀ। ਹਾਂਜੀ ਬਸ ਸਹੀ ਆ, ਮੈਂ ਭਾਰੀ ਵੀ ਚੱਲ ਜਾਣਾ, ਹਾਂ ਮੈਂ ਵੀ ਚੱਲੀ ਜਾਣਾ, ਫਿਰ ਦੇਖੀਏ ਨਾ ਚੱਕੇ ਫਿਰ ਇਹਨੂੰ ਕੋਈ ਮੈਂ ਪੁੱਟ ਕੇ ਇਹਨੂੰ ਪਕਾਇਆ ਕਰਨੀ, ਮੈਂ ਕਿਹਾ ਚੱਲ ਹੀ ਬਸ ਚੱਕ ਸੱਤੀ ਵਾਟ ਫਿਰ ਕੰਮ ਕਰ ਲਵਾਂ ਸੱਤੀ ਵਾਟ। ਅਜੇ ਤਾਂ ਹਲੇ ਵੀ ਨਹੀਂ ਦੋਂਡੇ ਵੀ ਝੂਠੇ ਥੋੜਾ ਦਿੰਦਾ ਸਾਈਡ ਰਾਤ ਮੈਂ ਝੋਲੀ ਚ ਬੀਬਾ ਕੋ ਕੇ ਪੀ ਲਿਆ ਕੁੱਤੀਆਂ ਕਿਹੜੇ ਟੋਪੀ ਤੇ ਮਰ ਗਏ ਸਾਡੇ ਬਗਿਆੜੇ ਜੋੜਾ ਦੇ ਦੋ ਭਰਾ ਇਹਦੇ ਮਿਰਚੇ ਫੋਲ ਲੈ ਕੇ ਤੇ ਸਾਡੇ ਮਿਰਚਾ ਥੋੜੀਆਂ ਲਿਆ, ਚਿੜੀ ਵੀ ਬੋਲੇ ਤਾਂ ਨਾ ਜਾਂਦੇ ਸੀ
ਜਲਦੀ ਲੈ ਕੇ ਚੱਲਦੀ ਮੈਂ ਇਹ ਕੰਮ ਕਰਦੀ ਹੈ ਕਿੱਥੇ ਭੁੱਖਾ ਦੁੱਧ ਬੁਲਾ ਦੇ ਇਹਨੂੰ ਇਹ ਕਹਿੰਦੀ ਗੱਲਾਂ ਕਰਾਓ ਇਹ ਸਾਰਾ ਚਾਚੀ ਮੈਂ ਵਾ ਹੀ ਦਾ ਕਤੂਰ ਆ ਉਹਨੇ ਗੱਲਾਂ ਤੇ ਲਾਈ ਆ ਉਹਦੇ ਨਾਲ ਹੀ ਪਾਓ ਹੁਣ ਨਹੀਂ ਗੱਲਾਂ ਕਰਾਵੇ ਇਹ ਪਹਿਲੇ ਦਿਨ ਤੇ ਕਹਿੰਦੀ ਮੈਨੂੰ ਗੱਲਾਂ ਕਰਾਵੋ ਅੱਛਾ ਹਾਂ ਤੈਨੂੰ ਸਮਝ ਤੈਨੂੰ ਕਾਹੀ ਦੀ ਆਉਂਦੀ ਆ ਹਾਂ ਡੋਲ ਬੱਟੇ ਕੋਈ ਕਾਹੀ ਦੀ ਸਮਝ ਆਉਂਦੀ ਆ ਪਕੀਆਂ ਰੂਹਾਂ ਹੁਣ ਜਿਹੜੀਆਂ ਆਉਂਦੀਆਂ ਸੱਚੀਆਂ ਨਹੀਂ ਸੱਚੀ ਬਾਤੇ ਹਾਨੀ ਇਤੋ ਤੇ ਪਿੱਛੇ ਪੜਪੜ ਕੇ ਆਉਂਦੀਆਂ ਸਾਰੇ ਨਹੀਂ ਬੱਬੋ गेट बंद करके आना हवा हम ना वो गेट बंद करके मेरे बैठ जाओ अदरक लसन और मिर्चा कुट रहे हैं तो मैं प्याज टमाटर पा दिए हाल ही तो यह कुछ खड़े मसाले जीरा दालचीनी बड़ी इलायची तो साबुत काली मिर्च उस तो बाद लाल मिर्च पीसी हुई दड़ा मिर्च और हल्दी नमक हजे नहीं पाना अगर नमक पहले पा दिए कलेजियाँ फिर कलेजियाँ नरम नहीं होंगे नमक एंड पाएगा अच्छा। मैं कुटना बीज पै जाएगा।